ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਆਪਾਂ ਤੁਹਾਨੂੰ ਵਿਖਾਵਾਂਗੇ ਡੇਅਰੀ ਫਾਰਮ ਦਾ ਕੰਮ, ਜਿਹਨੂੰ ਕਿ ਇੱਥੇ ਸਤਾਲਾ ਕਹਿ ਦਿੰਦੇ ਆ, ਸਤਾਲੇ ਦਾ ਕੰਮ। ਅਤੇ ਆਪਣਾ ਤਾਂ ਉਦਾਂ ਕੰਮ ਰੈਸਟੋਰੈਂਟ 'ਚ ਹੁੰਦਾ ਵਾ, ਅਤੇ ਮਹੀਨਾ ਕੁ ਜਿੱਦਾਂ ਬਰਫ ਇਧਰਲੀ ਸਾਈਡ ਬਹੁਤ ਪੈਂਦੀ ਆ, ਅਤੇ ਉਹਦਾ ਕਰਕੇ ਰੈਸਟੋਰੈਂਟ ਮਹੀਨਾ ਇੱਕ ਬੰਦ ਆ, ਅਤੇ ਹੁਣ ਮਹੀਨਾ ਕੁ ਕੰਮ ਆਪਣਾ ਡੇਅਰੀ ਫਾਰਮ 'ਤੇ ਆ। ਅਤੇ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਵੀ ਡੇਅਰੀ ਫਾਰਮ 'ਚ ਕੰਮ ਕਾਰ ਕਿੱਦਾਂ ਵਾ। ਅਤੇ ਉੱਦਾਂ ਕੋਈ ਐਡਾ ਹਿਸਾਬ ਕਿਤਾਬ ਤਾਂ ਹੈ ਨਹੀਂ ਗਾ ਵੀਡੀਓ ਬਣਾਉਣ ਵਾਲਾ। ਅਤੇ ਹੁਣ ਆ ਜਿਹੜੇ ਵੀਰ ਦਾ ਚੈਨਲ ਆ, ਉਹਨੇ ਕਿਹਾ ਸੀ ਵੀ ਵੀਡੀਓ ਬਣਾਈ ਡੇਅਰੀ ਫਾਰਮ ਦੀ, ਅਤੇ ਉਹਦੇ ਕਹਿਣ 'ਤੇ ਹੁਣ ਆਪਾਂ ਲੱਗੇ ਹਾਂ ਬਣਾਉਣ। ਜੇ ਸਹੀ ਲੱਗੂਗੀ, ਕੋਈ ਨੌਲੇਜ ਨੌਲੇਜ ਮਿਲੂਗੀ ਤਾਂ ਲਾਈਕ ਲੁਈਕ ਕਰ ਦਿਓ। ਅਤੇ ਬਾਕੀ ਚਲੋ ਤੁਹਾਨੂੰ ਵਿਖਾਉਂਦੇ ਹਾਂ ਵੀ ਕੀ ਹਿਸਾਬ ਕਿਤਾਬ ਆ ਇੱਥੋਂ ਦਾ ਕਿੱਦਾਂ ਵਾ। ਵੀ ਆਪਣੇ ਚਲੋ ਬਹੁਤਾ ਵੱਖਰਾ ਤਾਂ ਨਹੀਂ ਆ, ਇਹ ਮਸ਼ੀਨਾਂ ਮਸ਼ੀਨਾਂ ਜ਼ਿਆਦੀਆਂ ਵਾ, ਬਾਕੀ ਤਾਂ ਉਹ ਗੋਹਾ ਹੀ ਇਹ ਕਰਦੀਆਂ ਅਤੇ ਗੋਹਾ ਹੀ ਉੱਥੇ ਕਰਦੀਆਂ ਆਪਣੇ ਵਾਲੀਆਂ ਹੀ। ਅਤੇ ਬਾਕੀ ਚਲੋ ਤੁਹਾਨੂੰ ਵਿਖਾਉਂਦੇ ਕੀ ਹਿਸਾਬ ਕਿਤਾਬ ਆ। ਹੁਣ ਆਪਾਂ ਚੱਲੇ ਕੰਮ 'ਤੇ, ਅਤੇ ਬਰਫ ਵੇਖੋ ਆ ਬਾਹਰ ਬਾਹਰ ਆ ਜਿੱਥੇ ਅਸੀਂ ਰਹਿੰਦੇ ਹਾਂ, ਸਾਰੇ ਪਾਸੇ ਬਰਫ ਹੀ ਬਰਫ ਆ। ਆਹ ਜੀਪ ਜੀ ਦਿੱਤੀ ਇੱਕ ਨੂੰ, ਇਹ 'ਤੇ ਚੱਲ ਜਾਈਦਾ ਵਾ। ਤਿੰਨ ਜਾਣੇ ਅਸੀਂ, ਇੱਕ ਮੁੰਡਾ ਅਫਰੀਕਾ ਦਾ, ਇੱਕ ਸ਼੍ਰੀਲੰਕਾ ਦਾ ਅਤੇ ਇੱਕ ਮੈਂ ਹਾਂ। ਆਹ ਜੀਪ ਜੀ ਦਿੱਤੀ ਆ, ਅਤੇ ਆਹ ਕੱਲ੍ਹ ਦਾ ਰਾਹ ਰੂਹ ਜਿਹਾ ਸਾਫ਼ ਕੀਤਾ ਟਰੈਕਟਰ ਨਾਲ, ਅਤੇ ਕੰਮ ਸੈੱਟ ਆ ਹੁਣ। ਅੱਗੇ ਨਹੀਂ ਤਾਂ 1.5 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ। ਹੁਣ ਚੱਲੇ ਕੰਮ 'ਤੇ, ਬਾਕੀ ਤੁਹਾਨੂੰ ਵਿਖਾਉਂਦੇ ਗਾੜੀ ਡੇਅਰੀ ਫਾਰਮ ਦਾ ਕੀ ਹਿਸਾਬ ਕਿਤਾਬ। ਮੈਨੂੰ ਦੱਸ ਅੱਲਾ ਦਾ ਉਸ ਹੋ ਜਾਣਾ, ਮੈਨੂੰ ਦੱਸ ਅੱਲਾ ਦਾ ਉਸ ਹੋ ਜਾਣਾ, ਜਾ ਕੇ ਜਦ ਸਹਿਬਾ ਨੂੰ ਮੈਂ ਸੀਨੇ ਨਾਲ ਲਾਇਆ, ਜਾ ਕੇ ਜਦ ਸਹਿਬਾ ਨੂੰ ਮੈਂ ਸੀਨੇ ਨਾਲ ਲਾਇਆ। ਆਪਾਂ ਹੁਣ ਪਹੁੰਚ ਗਏ ਹਾਂ ਸਟਾਲੇ 'ਤੇ, ਜਿੱਥੇ ਕਿ ਸਟਾਲਾ ਇੱਥੋਂ ਥੋੜ੍ਹੀ ਕੁ ਦੂਰ ਹੀ ਆ, ਤੁਰ ਕੇ ਵੀ ਜਾ ਸਕੀਦਾ ਵਾ। ਅਤੇ ਆਹ ਫਾਰਮ ਹਾਊਸ ਹੀ ਆ ਮਾਲਕਾਂ ਦਾ, ਅਤੇ ਇੱਧਰ ਵੀ ਉਹਨਾਂ ਦਾ ਵਾ, ਜਿੱਦਾਂ ਮਤਲਬ ਵੀ ਕਿਸੇ ਨੇ ਕੈਂਪਿੰਗ ਵੰਪਿੰਗ ਕਰਨੀ ਹੋਵੇ, ਇੱਧਰ ਵੀ ਬੱਸਾਂ ਬੁੱਸਾਂ ਹੀ ਖਿਲਾ ਰਹੀਆਂ ਉਹਨਾਂ ਨੇ, ਸ਼ਾਇਦ ਨਾਂ ਦੀ ਦੀਆਂ ਹੁਣ ਵੀਡੀਓ 'ਚ। ਇੱਧਰ ਆ ਕੁੱਤੇ ਕਾਤੇ ਜਿਹੇ ਰੱਖੇ ਆ ਲੋਕ, ਇਹ ਵੀ ਵਿਚਾਰੇ ਇੱਦਾਂ ਹੀ ਬਾਹ ਕਿੱਥੇ ਗਏ ਸਾਡਾ ਦੇਖਣ ਨਹੀਂ ਡਿਆ। ਹੁਣ ਇਹਨਾਂ ਕੁੱਤਿਆਂ ਨੂੰ ਆਪਾਂ ਖਾਣ ਨੂੰ ਪਾ ਤਾ ਸਮਾਨ, ਆਹ ਇਹਨਾਂ ਦਾ ਘਰ ਜਿਹਾ ਵਾ, ਇੱਕ ਆਹ ਵਾ। ਹੁਣ ਬਾਕੀ ਦਾ ਕੰਮ ਤੁਹਾਨੂੰ ਵਿਖਾਉਂਦੇ, ਪਹਿਲਾ ਕੰਮ ਇਹ ਹੁੰਦਾ ਆਪਣਾ, ਇਹਨਾਂ ਕੁੱਤਿਆਂ ਨੂੰ ਖਾਣ ਪੀਣ ਨੂੰ ਪਾਉਣਾ ਹੁੰਦਾ ਕੋ ਉਹਨਾਂ ਕੋਲ। ਪਾਉਣ ਤੋਂ ਬਾਅਦ ਹੁਣ ਆਪਾਂ ਜਾਣ ਡਏ ਹਾਂ ਜਿੱਥੇ ਇਹਨਾਂ ਭੇਡਾਂ ਭੁੱਡਾਂ ਹੀ ਰੱਖੀਆਂ ਵਾ, ਅਤੇ ਕੁੱਕੜੀਆਂ ਜੀਆਂ ਰੱਖੀਆਂ, ਉਹਨਾਂ ਨੂੰ ਸਵੇਰੇ ਕੋ ਉਹਨਾਂ ਕੋਲ ਪਾਉਣਾ ਹੁੰਦਾ ਖਾਣ ਖੂਣ ਨੂੰ। ਕੁੱਕੜੀਆਂ ਨੂੰ ਭੇਡਾਂ, ਦੋ ਕੁੱਤੇ ਰੱਖੇ ਵਿੱਚ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਕੀ ਆ। ਉਹ ਬਰਫ਼ ਦਾ ਕਰਕੇ ਕੰਮ ਖਰਾਬ ਹੀ ਆ, ਰਾਹ ਰੂਹ ਬੰਦ ਹੁੰਦਾ ਸਾਰੇ ਹੀ। ਆਹ ਦੂਜਾ ਫਾਰਮ ਜਿਹਾ ਜਿੱਥੇ ਕੁਕੜੀਆਂ ਕਕੜੀਆਂ ਰੱਖੀਆਂ, ਪਹਿਲਾਂ ਬਰਫ਼ ਬੁਰਫ ਹੀ ਸਾਰੀ ਆ, ਕੱਲ੍ਹ ਇਕੱਠੀ ਕੀਤੀ ਆ ਟਰੈਕਟਰ ਨਾਲ, ਪਰਾਂ ਕੀਤੀ ਆ। ਹੁਣ ਪਹਿਲਾਂ ਆਹ ਦਾਣੇ ਜੇ ਆ ਕੁਕੜੀਆਂ ਦੇ, ਆਹ ਪਾਉਣੇ ਪਹਿਲਾਂ ਕੁਕੜੀਆਂ ਨੂੰ। ਆੜਾ ਕਮਰਾ ਜਿਹਾ ਕੁਕੜੀਆਂ ਦਾ ਵਾ, ਆਹ ਕੁਕੜੀਆਂ ਜੀ ਰੱਖੀਆਂ ਕਿੰਨਾ। ਇਹ ਸਾਲੀਆਂ ਕਿੱਧਰ ਬਾਹਰ ਆ ਗਈਆਂ। ਹੁਣ ਕੁੱਕੜਾਂ ਨੂੰ ਦਾਣੇ ਦੂਣੇ ਪਾ ਤੇ ਆਪਾਂ, ਤੇ ਹੁਣ ਅਗਲਾ ਕੰਮ ਆਪਣਾ ਹੁੰਦਾ ਵਾ। ਇੱਥੇ ਇੱਕ ਨਿੱਕੀ ਜੀ ਭੇਡ ਜੀ ਆ, ਆਹ ਰੱਸੀ ਜੀ ਕਿੰਨੇ ਬੰਨੀ ਪੈਣ ਚਾਹੀਦੇ ਨੇ। ਇੱਥੇ ਇੱਕ ਨਿੱਕੀ ਜੀ ਭੇਡ ਜੀ ਆ,
ਉਹਨੂੰ ਦੁੱਧ ਜਿਹਾ ਪਿਆਉਣਾ ਹੁੰਦਾ। ਆਹ ਦੋ ਕੁ ਕੁੱਤੇ ਇੱਥੇ ਵੀ ਰੱਖੇ ਇਹਨਾਂ ਨੇ, ਇਹ ਭੇਡਾਂ ਭੂਡਾਂ ਦੀ ਰਾਖੀ ਵਾਸਤੇ ਜਾਂਦੇ। ਉਹ ਆਪ ਜਿਹੜੀ ਨੇ ਓਹੋ ਭੈਣੇ ਮੰਗਣੀ ਹੈ। ਇਹਨੇ ਦੁੱਧ ਪੀਣਾ ਆਪੇ ਬਾਹਰ ਆ ਜਾਂਦੀ ਹੈ, ਮਾੜਾ ਜਿਹਾ ਪਾਸ ਗੇਟ ਗੂਟ ਖੋਲਣਾ ਹੁੰਦਾ। ਇਹਨੂੰ ਭੇੜ ਜੀ ਨੂੰ ਦੁੱਧ ਪਿਆਉਣਾ ਹੁੰਦਾ ਨਿੱਕੀ ਆ, ਇਹਨੂੰ ਬੋਤਲਾਂ ਪਿਆਉਣਾ ਪੈਂਦਾ, ਤਿੰਨ ਕੁ ਬੋਤਲਾਂ ਪੀ ਜਾਂਦੀ ਰੋਜ਼ ਦੀਆਂ ਇਹ। ਤੇ ਇਹੋ ਇੱਦਾਂ ਦੇ ਕੰਮ ਕਰ ਆ ਨਿੱਕੇ ਮੋਟੇ ਜੇ ਪਹਿਲਾਂ। ਬਾਕੀ ਜਿਹੜੇ ਜ਼ਿਆਦਾ ਗਾਈਆਂ ਗੁਈਆਂ ਵਾਲਾ ਕੰਮ ਹੁੰਦਾ ਉਹ ਗਾੜੀ ਮਸ਼ੀਨਾਂ ਦਾ ਹੀ ਆ। ਉਹ ਆਪਾਂ ਮੁੜ ਕੇ ਵਿਖਾਵਾਂਗੇ ਕਿੱਦਾਂ। ਦੋ ਚਾੜ ਗਈ ਆ, ਹੁਣ ਇਹਨੂੰ ਆ ਭੇਡ ਜੀ ਨੂੰ ਦੁੱਧ ਪਿਆਉਣ ਤੋਂ ਬਾਅਦ ਆਹ ਪੱਠੇ ਜੇ ਆ, ਪੱਠੇ ਆ ਪਤਾ ਨਹੀਂ ਪਰਾਲੀ ਜੀ ਆ, ਅਤੇ ਇਹ ਮਤਲਬ ਤੰਗਲੀ ਨਾਲ ਚੁੱਕ ਕੇ, ਅਤੇ ਇੱਧਰ ਜਿਹੜੀਆਂ ਦੂਜੀਆਂ ਭੇਡਾਂ ਵਾ ਉਹਨਾਂ ਦੀ ਖੁਰਲੀ 'ਚ ਪਾ ਦੇਣੀ, ਖੁਰਲੀ ਜੀ ਬਣੀ ਉਹਨਾਂ ਦੀ ਅੰਦਰ ਬਾਹਰ। ਉਹ ਗਾੜੀ ਖਲੋਤੀਆਂ ਭੇਡਾਂ ਸਾਰੀਆਂ ਉਹਨਾਂ 'ਚ ਪਾ ਦੇਣੇ ਆ, ਉਹ ਖੁਰਲੀ ਜੀ ਦੇ ਵਿੱਚ ਤੰਗਲੀ ਦੇ ਨਾਲ, ਕਿਉਂਕਿ ਇੱਥੇ ਫਿਰ ਮਸ਼ੀਨ ਮਸ਼ੂਨ ਨਹੀਂ ਨਾ ਆਉਂਦੀ, ਅਤੇ ਫਿਰ ਇੱਥੇ ਹੱਥ ਨਾ ਪਾਉਣੇ ਪੈਂਦੇ ਤੰਗਲੀ ਨਾਲ ਹੀ। ਆਹ ਕੁੱਤੇ ਰੱਖੇ ਆ, ਇਹ ਵੀ ਚਿੱਟੇ ਰੱਖਦੇ, ਇਹ ਰੱਖੇ ਆ ਵੀ ਭੇਡਾਂ ਭੂਡਾਂ ਨਾ ਖਾਵੇ, ਕਿਉਂਕਿ ਲਾਗੇ ਜੰਗਲ ਜਿਹਦਾ ਏਰੀਏ ਨਾ, ਕੋਈ ਜਾਨਵਰ ਜੁਨਵਰ ਨਾ ਇੱਧਰ ਨੂੰ ਪਵੇ, ਤਾਂ ਕਰਕੇ। ਹੁਣ ਤਾਂ ਕੋਈ ਚੱਕਰ ਨਹੀਂ, ਕਿਉਂਕਿ ਹੁਣ ਤਾਂ ਠੰਡ ਵਾ ਅੰਦਰ ਵਾ, ਅਤੇ ਜਦੋਂ ਬਾਹਰ ਹੁੰਦੀਆਂ ਭੇਡਾਂ ਉਦੋਂ ਖਤਰਾ ਹੁੰਦਾ ਵਾ ਜਾਨਵਰਾਂ ਜੁਨਵਰਾਂ ਦਾ, ਅਤੇ ਤਾਂ ਕਰਕੇ ਵਿੱਚ ਰੱਖੇ ਦੋਵੇਂ। ਆ ਪੱਠੇ ਆਪਾਂ ਹੁਣ ਪਰਾਲੀ ਜੀ ਜਿਹੜੀ ਪਾਉਂਦੇ ਆ ਇਹ ਉਹ ਪਾ ਤੀ ਖੁਰਲੀਆਂ 'ਚ, ਅਤੇ ਬਸ ਹੁਣ ਆਰੇ ਲਾ ਤੀਆਂ ਵਾ, ਅਤੇ ਹੁਣ ਆਪਣਾ ਕੰਮ ਆ ਸਟਾਲੇ ਜਿੱਥੇ ਡੇਅਰੀ ਫਾਰਮ 'ਚ ਜਿੱਥੇ ਗਾਈਆਂ ਗੁਈਆਂ ਵਾ, ਹੁਣ ਇੱਥੋਂ ਆਪਾਂ ਕੰਮ ਕਰਤਾ ਵਾ। ਅਤੇ ਆ ਅੱਗੇ ਤੁਹਾਨੂੰ ਵਿਖਾਏ ਆ ਕੁੱਤੇ ਜੇ ਰੱਖੇ, ਇੱਕ ਇਹ ਆ ਅਤੇ ਇੱਕ ਹੋਰ ਵਾ ਚਿੱਟੇ ਜਿਹੇ ਰੰਗ ਦੇ ਲੱਗਦੀਆਂ ਭੇਡਾਂ ਗੁਈਆਂ, ਇਹ ਰਾਖੀ ਰੁਖੀ ਵਾਸਤੇ ਰੱਖੇ ਆ ਜਦੋਂ ਮਤਲਬ ਬਾਹਰ ਬੂਰ ਭੇਡਾਂ ਕੱਢੀ ਦੀਆਂ ਨਾ, ਉਦੋਂ ਫਿਰ ਲਾਗੇ ਜੰਗਲੀ ਆ ਏਰੀਆ ਸਾਰਾ, ਅਤੇ ਉੱਥੇ ਫਿਰ ਦੂਜੇ ਜਾਨਵਰ ਜੁਨਵਰ ਨਾ ਖਾਣ ਭੇਡਾਂ ਨੂੰ, ਤਾਂ ਕਰਕੇ ਇਹਨਾਂ ਰਾਖੀ ਰੁਖੀ ਵਾਲਾ ਕੰਮ ਆ। ਅੰਦਰ ਉਂਦਰ ਤਾਂ ਇਹਨਾਂ ਦੀ ਲੋੜ ਨਹੀਂ ਕੋਈ। ਆਹ ਪੱਠੇ ਜੇ ਆਪਾਂ ਜਿਹੜੀ ਖੁਰਲੀ ਜੀ ਜਿਹੜੀ ਬਣੀ ਆ ਲੋਹੇ ਜੇ ਦੀ, ਇਹਦੇ ਵਿੱਚ ਪਾ ਤੀ ਪਰਾਲੀ ਜੀ, ਅਤੇ ਬਸ ਠੀਕ ਆ। ਜਿਹੜੇ ਆਪਾਂ ਅੱਗੇ ਤੁਹਾਨੂੰ ਵਿਖਾਏ ਪੱਠੇ ਜੇ ਭੇਡਾਂ ਗਾੜੀ ਪਾਏ ਆ, ਉਹ ਇੱਥੋਂ ਤੰਗਲੀ ਨਾਲ ਚੁੱਕ ਕੇ ਖੜ੍ਹੇ ਸੀ। ਆਹ ਇੱਕੋ ਵਾਰੀ ਲੈ ਆਈਦਾ ਵਾ ਰੋਲ ਜਿਹਾ ਮਤਲਬ ਪਰਾਲੀ ਜੀ ਦਾ ਮਸ਼ੀਨ ਦੇ ਨਾਲ, ਅਤੇ ਇੱਥੇ ਲਿਆ ਕੇ ਰੱਖ ਲਈਦਾ, ਮੁੜ ਕੇ ਇਹਦੇ ਨਾਲ ਵਾਹਵਾ ਪੰਜ ਚਾਰ ਦਿਨ ਲੰਘ ਜਾਂਦੇ ਆ, ਅਤੇ ਇੱਥੋਂ ਤੰਗਲੀ ਨਾਲ ਚੁੱਕ ਕੇ ਥੱਬੇ ਜੇ ਅਤੇ ਉਹਨਾਂ ਗਾੜੀ ਸੁੱਟ ਦੇਈਦੇ ਭੇਡਾਂ ਗਾੜੀ, ਕਿਉਂਕਿ ਉਹ ਫਿਰ ਬੂਹਾ ਵਾਹਵਾ ਨਿੱਕਾ ਵਾ, ਅਤੇ ਉੱਧਰ ਫਿਰ ਮਸ਼ੀਨ ਮਸ਼ੂਨ ਨਹੀਂ ਜਾਂਦੀ, ਅਤੇ ਇਹ ਫਿਰ ਇਹ ਕੰਮ ਹੱਥੀਂ ਕਰਨਾ ਪੈਂਦਾ ਤੰਗਲੀ ਨਾਲ ਹੀ। ਅਤੇ ਬਾਕੀ ਆ ਬਾਹਰ ਬਰਫ ਹੀ ਬਰਫ ਆ, ਹੁਣ ਤਾਂ ਅੰਦਰ ਰੱਖੀ ਦੀਆਂ ਭੇਡਾਂ ਭੂਡਾਂ ਵੀ ਅਤੇ ਕੁੱਕੜੀਆਂ ਵੀ, ਜਦੋਂ ਬਰਫ ਬੁਰਫ ਨਹੀਂ ਹੁੰਦੀ ਫਿਰ ਇੱਥੇ ਵਾੜੇ ਜੇ ਬਾਹਰ ਤੁਰਦੀਆਂ ਫਿਰਦੀਆਂ ਰਹਿੰਦੀਆਂ। ਅਤੇ ਬਾਕੀ ਹੁਣ ਤੁਹਾਨੂੰ ਵਿਖਾਉਂਦੇ ਗਾੜੀ ਕੰਮ ਗਾਈਆਂ ਗੁਈਆਂ ਵਾਲਾ। ਆਹ ਮਾਲਕਾਂ ਕੁੱਤੇ ਬੜੇ ਰੱਖੇ ਆ, ਇੱਕ ਆਹ ਤੁਰਿਆ ਫਿਰਦਾ, ਦੋ ਅੰਦਰ ਵਾ, ਦੋ ਅੱਗੇ ਤੁਹਾਨੂੰ ਪਹਿਲਾਂ ਵਿਖਾਏ ਸੀ ਨਿੱਕੇ ਜਿਹੇ ਘਰ 'ਚ, ਇੱਕ ਆਹ ਤੁਰਿਆ ਫਿਰਦਾ। ਰੈਸਟੋਰੈਂਟ ਦੋ ਹੋਣ ਦਾ ਕਰਕੇ ਇਹਨਾਂ ਨੇ ਉਹ ਕਤੀੜ ਜੀ ਇਕੱਠੀ ਕੀਤੀ ਆ ਵੀ ਮੀਟ ਮਾਰਟ ਜਿਹੜਾ ਵੇਸਟ ਨਾ ਹੋਊਗਾ, ਇਹਨਾਂ ਨੂੰ ਪਾ ਪੂ ਦਿੰਦੇ ਆ। ਬਾਕੀ ਆਹ ਹੁਣ ਆਪਾਂ ਜਾਣ ਡਏ ਹਾਂ ਡੇਅਰੀ ਫਾਰਮ ਵੱਲ ਨੂੰ, ਅਤੇ ਸਾਰੇ ਇੱਧਰ ਬਰਫ ਹੀ ਬਰਫ ਆ ਕੰਮ। ਆਹ ਹੁਣ ਜਿਹੜਾ ਡੇਅਰੀ ਫਾਰਮ ਨੂੰ ਜਾਂਦਾ ਰਾਹ ਉਹ ਆ, ਅਤੇ ਇੱਧਰ ਇਹ ਵੀ ਮਾਲਕ ਆਡੇ ਦਾ ਹੀ ਆ, ਜਦੋਂ ਮਤਲਬ ਟੂਰਿਸਟ ਜਾਂ ਸੀਜ਼ਨ ਹੁੰਦਾ ਜਦੋਂ ਟੂਰਿਸਟ ਆਉਂਦੇ ਆ ਇੱਧਰ ਵੀ ਰਹਿ ਸਕਦੇ ਆ ਕੈਂਪਿੰਗ ਜੀ ਕਰਨ ਵਾਸਤੇ, ਉਹਨਾਂ ਬਣਾਇਆ ਜਗਾੜ ਜਿਹਾ, ਅਤੇ ਕੰਮ ਕਾਰ ਵਾਹਵਾ ਇਹਨਾਂ ਦਾ, ਸੁੱਖ ਨਾਲ ਸਾਮੀਆਂ ਤਗੜੀਆਂ ਵਾ। ਦੋ ਰੈਸਟੋਰੈਂਟ ਆ, ਡੇਅਰੀ ਫਾਰਮ ਆ, ਆਹ ਵਾ ਤਾਮਾ ਜਾਮਾ ਜਿਹਾ। ਅਤੇ ਬਾਕੀ ਪੇਪਰਾਂ ਦੀ ਗੱਲ ਕਰੀਏ ਤਾਂ ਹੁਣ ਪੇਪਰ ਖੁੱਲ੍ਹਣ ਹੀ ਵਾਲੇ ਆ, ਤਰੀਕ ਸ਼ਾਇਦ ਥੋੜ੍ਹੇ ਕੁ ਦਿਨਾਂ ਨੂੰ ਆਜੂਗੀ, ਅਤੇ 82,000 ਕੋਟਾ ਵਾ। ਅਤੇ ਐਰਕੀ ਦੀ ਖਬਰ ਇਹ ਵੀ ਆ ਵੀ ਸਰਕਾਰ ਕਹਿੰਦੀ ਆ ਵੀ ਜਿਹੜੇ ਪਹਿਲਾਂ ਇੱਥੇ ਵਿਹਲੇ ਆ ਬੇਰੁਜ਼ਗਾਰ ਆ ਇਟਾਲੀਅਨ, ਉਹਨਾਂ ਨੂੰ ਕੰਮ 'ਤੇ ਲਾਉਣਾ ਵਾ, ਵੀ ਜਿੱਦਾਂ ਕੋਈ ਮਾਲਕ ਪੇਪਰ ਭਰਦਾ ਵਾ
ਅਤੇ ਉਹਨੂੰ ਬੰਦਾ ਇਟਲੀ ਦੇ ਵਿੱਚੋਂ ਦੇ ਦੇਣਾ ਪਹਿਲਾਂ, ਸਰਕਾਰ ਵੱਲੋਂ ਜਾਂ ਏਜੰਸੀਆਂ ਵੱਲੋਂ ਬੰਦਾ ਮਿਲ ਜਾਣਾ ਸਾਨੂੰ। ਪਰ ਉਹ 'ਚ ਕੋਈ ਐਡੀ ਡਰਨ ਵਾਲੀ ਗੱਲ ਨਹੀਂ ਹੈਗੀ, 82,000 ਕੋਟਾ ਵਾ, ਅਤੇ 82,000 ਚੋਂ ਵੱਡੀ ਗੱਲ ਆ 10,000 ਨੂੰ ਇੱਥੋਂ ਕੰਮ ਦੇ ਦੇਣਗੇ, ਮੰਦਰਾਂ ਨੂੰ ਕੰਮ ਦੇ ਦੇਣਗੇ, ਬਾਕੀ ਤਾਂ ਆਉਣਾ ਹੀ ਆ ਬਾਹਰ ਦੀਆਂ, ਬਾਹਰ ਦੀਆਂ ਕੰਟਰੀਆਂ ਤੋਂ। ਸਾਹ ਚੜ੍ਹ ਜਾਂਦਾ ਭੈਣ 'ਚ, ਚੜ੍ਹਾਈ ਵਾਹਵਾ ਪੈ ਜਾਂਦੀ ਆ, ਅਤੇ ਇਸ ਕਰਕੇ ਜਿਹਦਾ ਜਦੋਂ ਸੂਤਰ ਆਉਂਦਾ ਵਾ, ਪੇਪਰ ਪੂਪਰ ਆਪਣੇ ਬਣਾ ਲਓ, ਭਰਾ ਲਓ, ਸੱਚ ਨਿਕਲ ਸਕਦੇ ਆ। ਅਤੇ ਪਹੁੰਚ ਜਾਂਦੇ ਬਾਹਰ ਪੰਡੇਰੀ ਫਾਰਮ 'ਤੇ, ਅਤੇ ਐਡੀ ਕੋਈ ਡਰਨ ਵਾਲੀ ਗੱਲ ਨਹੀਂ ਆ ਵੀ ਯਾਰ ਕਿ ਸਰਕਾਰ ਨੇ ਬੰਦੇ ਦੇਣੇ ਆ ਅਤੇ ਸ਼ਾਇਦ ਪੇਪਰ ਨਾ ਨਿਕਲਣਗੇ, ਕਿਉਂਕਿ ਇਹਨਾਂ ਕਦੇ ਕਿੰਨੇ ਕੁ ਬੰਦੇ ਦੇ ਦੇਣੇ ਆ, 10,000 ਬੰਦਾ ਭਰ ਦੇਣਗੇ ਇੱਥੋਂ, 15 ਭਰ ਦੇਣਗੇ, ਹੋਰ ਕਿੰਨੇ ਕੁ ਸਾਰੇ, ਅਤੇ 82 ਦਾ 82,000 ਅਤੇ ਇਟਲੀ 'ਚ ਇੰਨਾ ਰੱਖ ਨਹੀਂ ਲੈਣਾ। ਚੜ੍ਹਾਈ ਵਾਹਵਾ ਯਾਰ, ਸਾਹ ਚੜ੍ਹ ਜਾਂਦਾ ਇੱਕ ਦੇ। ਬਾਕੀ ਆਹ ਹੁਣ ਆਪਾਂ ਡੇਅਰੀ ਫਾਰਮ 'ਤੇ ਪਹੁੰਚ ਗਏ ਹਾਂ, ਇੱਧਰ ਸੰਦ ਸੁੰਦ ਲੱਗੇ ਆ, ਟਰੈਕਟਰ ਲੱਗਾ ਵਾ, ਬਰਫ਼ 'ਚ ਹੁਣ ਸਾਰੀ ਜਿਹੜੀ ਪੈਲੀ ਪੂਲੀ ਉੱਤੇ ਤਾਂ ਬਰਫ਼ ਪਈ ਹੁੰਦੀ ਹੈ, ਇਹਨੂੰ ਕਿੱਥੇ ਵਰਤਣਾ, ਇੱਦਾਂ ਹੀ ਉੱਤੇ ਬਰਫ਼ ਪਈ ਆ, ਤੋ ਪਰਾਂ ਦੂਜੇ ਪਰਾਂ ਹੋਰ ਸੰਦ ਲੱਗੇ ਆ। ਅਤੇ ਆਹ ਗਾੜੀ ਜਿਹੜੀ ਬਿਲਡਿੰਗ ਜੀ ਹੈ ਡੇਅਰੀ ਫਾਰਮ ਦੀ ਆ, ਅਤੇ ਆਹ ਵਾਲੀ ਜਿਹੜੀ ਮਸ਼ੀਨ ਆ ਕਰੇਨ ਜੀ, ਇਹ ਵੀ ਪੱਠੇ ਪੁੱਠੇ ਪਾਉਣ ਨੂੰ ਵਰਤੀ ਦੀ ਆ, ਉੱਦਾਂ ਹੁਣ ਉਹ ਜਿਹੜੀ ਸਾਹਮਣੇ ਖਲੋਤੀ ਉਹ ਵਰਤੀ ਦੀ ਜ਼ਿਆਦੀ। ਅਤੇ ਆਹ ਵਾ ਤੇਲ ਵਾਲਾ ਟੈਂਕਰ ਜਿਹਾ, ਇੱਥੋਂ ਜਦੋਂ ਤੇਲ ਤੂਲ ਮੁੱਕਦਾ ਟਰੈਕਟਰਾਂ ਟੂਟਰਾਂ 'ਚੋਂ, ਇੱਥੋਂ ਪਾ ਲਈਦਾ ਵਾ, ਪੱਕਾ ਇੱਕ ਵਾਰੀ ਲੈ ਆਉਂਦਾ ਮਾਲਕ ਟੈਂਕਰ ਜਿਹਾ। ਅਤੇ ਆਹ ਵੰਡ ਵੁੰਡ ਵਾਲਾ ਵਾ ਸਿਸਟਮ, ਇਹਨਾਂ 'ਚ ਵੰਡ ਆ ਢੋਲਕੀਆਂ ਜਿਹੀਆਂ ਦੇ ਵਿੱਚ। ਅਤੇ ਬਾਕੀ ਘਾਹ ਲੱਗੀਆਂ ਮਸ਼ੀਨਾਂ ਜੀਆਂ, ਅਤੇ ਪੱਠੇ ਪਾਉਣ ਨੂੰ ਆਹ ਕਰੇਨ ਜੀ ਵਰਤਦੇ ਹੁਣ, ਬਾਕੀ ਤੁਹਾਨੂੰ ਗਾੜੀ ਵਿਖਾਉਣੇ ਕੀ ਆ। ਅਤੇ ਆਹ ਹੁਣ ਆਪਾਂ ਆ ਗਏ ਡੇਅਰੀ ਫਾਰਮ ਦੇ ਅੰਦਰ, ਅਤੇ ਇੱਥੇ ਸਾਰੇ ਗਾੜੀ ਮਾਲ ਡੰਗਰ ਵਾ ਸਾਰੇ, ਗਾਈਆਂ ਗੁਈਆਂ ਵਧੀਆਂ। ਬਾਕੀ ਤੁਹਾਨੂੰ ਗਾੜੀ ਦੱਸਦੇ ਹਾਂ ਕੀ ਕੰਮ ਕਰ ਆ, ਆਵਾਜ਼ਾਂ ਵੁਜਾਂ ਤੋਂ ਹੀ ਸੋਹਣੀ ਲਈਆਂ ਹੋਣੀਆਂ, ਗਾਣ ਰਣਾਣ ਹੁੰਦੀਆਂ। ਹੁਣ ਸਤਾਲੇ 'ਚ ਆ ਗਏ ਹਾਂ ਡੇਅਰੀ ਫਾਰਮ 'ਚ, ਅਤੇ ਆਹ ਸਾਫ਼ ਕਰਨਾ ਵਾ ਪਰਾਲੀ ਪਰੂਲੀ ਜੀ, ਪਰਾਲੀ ਪਰੂਲੀ ਜੀ ਧੋ ਕੇ ਧੂ ਗਿਆ ਇਹਦੇ ਨਾਲ ਬੇਲਚੇ ਜੇ ਦੇ ਨਾਲ, ਅਤੇ ਆਹ ਵਾਲੀ ਮਸ਼ੀਨ ਜੀ ਥੱਲੇ ਚੱਲਣ ਡੀ ਆ, ਆਹ ਥੱਲੇ ਬੈਲਟ ਜੀ ਘੁੰਮਣ ਡੀ, ਇਹਦੇ ਵਿੱਚ ਸੁੱਟ ਦੇਣੀ ਆ, ਅਤੇ ਇਹਨੇ ਆਪੇ ਗਾਂਹ ਲਈ ਜਾਣਾ ਬਾਹਰ। ਅਤੇ ਬਸ ਇਹੋ ਇੱਕ ਦੋ ਇੱਦਾਂ ਦੇ ਅੱਜ ਇਹ 'ਚ ਛੋਟੇ ਬੱਚੇ ਆ ਨਾ, ਸਿਰਫ ਉਹ ਸਾਫ਼ ਕਰਨੀ ਹੁੰਦੀ ਆ, ਅਤੇ ਬਾਕੀ ਜਿੱਥੇ ਵੱਡੀਆਂ ਗਾਈਆਂ ਵਾ ਉਹ 6 ਮਹੀਨਿਆਂ ਬਾਅਦ ਸਾਫ਼ ਕਰੀਦੀਆਂ, ਇੱਦਾਂ ਹੀ 5-5 ਫੁੱਟ ਭਰਤੀ ਪਈ ਆ। ਅਤੇ ਸਾਡੇ ਇੱਥੇ ਜਿਹੜਾ ਵਾ ਚਵਾਈ ਵਾਲਾ ਕੰਮ ਨਹੀਂ ਨਾ ਹੈਗਾ, ਦੁੱਧ ਦੱਧ ਨਹੀਂ ਚਾਹੁੰਦੇ, ਮੀਟ ਵਾਲੀਆਂ ਹੀ ਸਾਰੀਆਂ, ਇਹ ਮੀਟ ਮੂਟ ਨੂੰ ਵਰਤਣੀਆਂ, ਅਤੇ ਤਾਂ ਕਰਕੇ ਸਫਾਈ ਸਫੂਈ ਇਹਨਾਂ ਦੀ ਹਿਸਾਬ ਨਾ ਹੀ ਆ, ਹਿਸਾਬ ਨਾ ਕਾਹਦੀ ਵੀ ਹੈ ਹੀ ਨਹੀਂ ਆ, ਨਹਾਉਣ ਧੋਣ ਦਾ ਕੰਮ ਵੀ ਹੈ ਨਹੀਂ ਗਾ ਨੂੰ। ਅਤੇ ਉਹ ਹੈਗਾ ਵਾ ਵੀ 6 ਮਹੀਨਿਆਂ ਬਾਅਦ ਕਿਤੇ ਕਰੇਨ ਨਾ ਚੁੱਕਣਾ, ਬਸ ਰੋਜ਼ ਇਹੋ ਆ ਸਾਫ਼ ਕਰਨਾ ਪਰਾਲੀ ਜੀ, ਪਰਾਲੀ ਜੀ ਧੂ ਕੇ ਬੇਲਚੇ ਦੇ ਨਾਲ, ਅਤੇ ਉਹ ਸਾਹਮਣੇ ਜਿਹੜੀ ਨਾਲੀ ਜੀ ਆ ਉਹਦੇ ਵਿੱਚ ਸੁੱਟ ਦੇਣਾ, ਅਤੇ ਉਹਨੇ ਆਪੇ ਬਾਹਰ ਲਈ ਜਾਣਾ। ਅਤੇ ਬਸ ਇੰਨਾ ਕੰਮ ਆ। ਅਤੇ ਆਹ ਜਿਹੜੀਆਂ ਵਾ ਇੱਧਰ ਜਿਹੜੀਆਂ ਜਿੱਥੇ ਜ਼ਿਆਦੀਆਂ ਗਾਈਆਂ ਵਾ, ਜਿੱਥੇ ਜਿੱਥੇ ਬੱਚੇ ਆ, 5 ਕੁ ਵਾੜੇ ਆ ਬੱਚਿਆਂ ਦੇ, ਉਹ ਰੋਜ਼ ਸਾਫ਼ ਕਰਨੇ ਹੁੰਦੇ ਆ, ਅਤੇ ਜਿੱਥੇ ਆ ਜ਼ਿਆਦੀਆਂ ਗਾਈਆਂ ਜ਼ਿਆਦਾ ਵੱਗ ਆ ਜਿੱਥੇ, ਉਹ ਤਾਂ ਬਸ ਰੱਬ ਆਸਰੇ ਹੀ ਆ ਕੰਮ ਦੇ, ਉਹ ਵਿਚਾਰੀਆਂ ਇੱਦਾਂ ਵੱਜੀਆਂ ਵੁੱਜੀਆਂ ਵੱਧੀਆਂ ਖੁੱਲੀਆਂ ਇੱਦਾਂ ਰਹਿੰਦੀਆਂ ਵਾ, ਗੋਏ ਗਏ ਜੀ, 5-5 ਫੁੱਟ ਉਹ ਭਰਤੀ ਪਈ ਆ। ਅਤੇ ਆਪਾਂ ਹੁਣ ਕੀ ਕਰ ਸਕਦੇ ਹਾਂ, ਇਹਨਾਂ ਦਾ ਇੱਦਾਂ ਦਾ ਹਿਸਾਬ ਕਿਤਾਬ ਆ, ਇੱਦਾਂ ਚੱਲੀ ਜਾਂਦਾ, ਸਾਨੂੰ ਜਿਹੜੀ ਚੀਜ਼ ਆਉਂਦੀ ਸਾਫ਼ ਕਰਨ ਉਹ ਕਰ ਲਈਦੀ ਆ, ਬਾਕੀ ਜਿਹੜੀ ਨਹੀਂ ਉਹ ਫਿਰ ਆਪੇ। ਇਹ 6 ਮਹੀਨਿਆਂ ਬਾਅਦ ਹੋਣੀ ਸਾਫ਼ ਹੋਣਾ, ਜਦੋਂ ਮਤਲਬ ਗਾਈਆਂ ਨੇ ਬਾਹਰ ਪੈਲੀਆਂ 'ਚ ਚਰਨਾ ਚੁਰਨਾ ਨਾ, ਉਦੋਂ ਸਾਫ਼ ਹੋਣਾ, ਉਨਾ ਚਿਰ ਇੱਦਾਂ ਹੀ ਗੋਹਾ ਦੰਦੇ ਦੇ ਦੰਦੇ ਚੜ੍ਹੇ ਆ, ਕਰੇਨ ਦੇ ਨਾਲ ਹੀ ਸਾਫ਼ ਕਰਨਾ। ਆਹ ਥੋੜ੍ਹਾ ਬਹੁਤ ਜਿਹਾ ਸਾਫ਼ ਕਰਨਾ, ਇੱਥੇ ਨਿਆਣੇ ਹੁੰਦੇ ਆ ਛੋਟੇ ਬੱਚੇ ਵੱਛੇ ਵੁੱਛੇ,
ਉਹਨਾਂ ਦਾ ਹੁੰਦਾ ਪਰਾਲੀ ਪਰੂਲੀ ਜੀ, ਉਹ ਬਸ ਆ ਬੇਲ 'ਚ ਜੇ ਨਾ ਧੂ ਕੇ ਅਤੇ ਅੱਛਾ ਨਾਲੀ ਜੀ ਸੁੱਟ ਦੇਣੀ ਆ ਅਤੇ ਬਸ ਕੰਮ ਖਤਮ ਹੋਇਆ। ਹੁਣ ਲੱਗੇ ਹਾਂ ਪੱਠਾ ਟੱਕਾ ਕਰਨ, ਅਤੇ ਇੱਥੇ ਪੱਠੇ ਇੱਦਾਂ ਦੇ ਹੁੰਦੇ ਆ, ਆਹ ਪਰਾਲੀ ਦੇ ਹੁੰਦੇ ਆ ਗੋਲ ਜੇ, ਅਤੇ ਇਹਨਾਂ ਨੂੰ ਕਰੇਨ ਜੀ ਦੇ ਨਾਲ ਪਾਈਦਾ ਵਾ। ਅਤੇ ਹੁਣ ਮੈਂ ਤੁਹਾਨੂੰ ਵਿਖਾਉਂਦਾ ਉੱਧਰ ਮੁੰਡਾ ਡਿਆ ਵਾ ਅਫਰੀਕਾ ਵਾਲਾ ਪਾਉਣ, ਆਹ ਉਹਨੇ ਪਹਿਲਾਂ ਕਰੇਨ ਜੀ ਦੇ ਨਾਲ ਚੁੱਕ ਲਏ ਆ, ਤੁਹਾਨੂੰ ਵਿਖਾਉਂਦਾ ਹੁਣ ਮੈਂ ਗਾੜੀ। ਆਹ ਵਾਲੀ ਕਰੇਨ ਆ, ਅਤੇ ਆਹ ਹੁਣ ਮੁੰਡਾ ਡਿਆ ਪਾਉਣ ਪੱਠੇ, ਕਿੱਦਾਂ ਪਾਉਂਦਾ ਹੈ ਮੈਂ ਤੁਹਾਨੂੰ ਵਿਖਾਉਂਦਾ। ਆ ਉਹਦੇ ਨਾਲ ਜਿਹੜਾ ਹੱਥ ਜਾਂਦਾ ਵਾ, ਹੁਣ ਇਹਨੂੰ ਪਤਾ ਨਹੀਂ ਕੀ ਕਹਿ ਦਿੰਦੇ ਆ, ਅਤੇ ਕਰੇਨ ਦਾ ਉਹਦੇ ਨਾਲ ਗਾਂ ਨੂੰ ਇੱਕ ਵਾਰੀ ਰੇੜ ਦੇਣਾ ਵਾ, ਇਹਨੂੰ ਖੋਲ੍ਹ ਦੇਣਾ ਰੋਲ ਜੇ ਨੂੰ, ਅਤੇ ਆ ਡਿਆ ਬੰਦਾ ਮੁੜ ਕੇ ਇਹਦੇ ਨਾਲ ਰੁਕ ਜਾ ਭਰ ਕੇ, ਇੱਕ ਪਰਲੀ ਸਾਈਡ ਪਾ ਦੇਣਾ ਅਤੇ ਇੱਕ ਉਰਲੀ ਸਾਈਡ ਪਾ ਦੇਣਾ। ਇੰਨਾ ਕੰਮ ਆ ਤੋੜ ਤੱਕ ਹੀ ਰੋਲ ਜਿਹਾ ਖੋਲ੍ਹੀ ਜਾਣਾ ਵਾ ਅਤੇ ਪਾਈ ਜਾਣੇ ਵਿਚਕਾਰ ਵਿਚਕਾਰ, ਆਹ ਖੋਲ੍ਹਣ ਦਿਆ ਹੁਣ। ਆਵੇ ਹੁਣ ਖੋਲ੍ਹ ਕੇ ਉਹ ਪਰਲੀ ਸਾਈਡ ਪਾ ਦਿੱਤਾ ਆ, ਅੱਧੇ ਗਾ ਇੱਧਰ ਉਲਟੀ ਸਾਈਡ ਪਾ ਦੇਣੇ ਆ, ਦੋਵੇਂ ਬੰਨੇ ਗਾਈਆਂ ਵਾ। ਇੰਨਾ ਕੰਮ ਆ ਤੋੜ ਤੱਕ ਇੱਦਾਂ ਹੀ, ਉਹ ਐਂਡ ਤੱਕ ਇੱਦਾਂ ਹੀ ਪਾਉਣੇ ਆ ਮਸ਼ੀਨ ਜੀ ਦੇ ਨਾਲ ਹੀ, ਉਹ ਲਾਸਟ ਤੱਕ ਇੱਕ ਇੱਧਰਲੀ ਸਾਈਡ ਆ ਗਾਈਆਂ ਕੁਝ, ਅਤੇ ਬਾਕੀ ਇੱਧਰਲੀ ਸਾਈਡ ਆ, ਅਤੇ ਬਾਕੀ ਦੇ ਕੰਮ ਚਲੋ ਸਾਰਾ ਟੈਕਨੋਲਜੀ ਜਿਹੜਾ ਵਾ, ਪਰ ਆਹ ਜਿਹੜਾ ਵੀ ਇਹਦੇ ਨਾਲ ਆਪਣੇ ਵਾਲੇ ਪਿੱਛੇ ਆਹ ਕੰਮ ਜਾਂ ਆਪਣੇ ਨੂੰ ਪਿੱਛੇ ਆਪਣੇ, ਫਿਰ ਵੀ ਉਹ ਡੰਗਰਾਂ ਡੁੰਗਰਾਂ ਥੱਲੇ ਸਫਾਈ ਹੁੰਦੀ ਆ, ਆਹ ਇੱਦਾਂ ਹੀ ਹੁਣ ਵਿਚਾਰੀਆਂ ਗੋਹੇ ਗਾਹ ਵਿੱਚ ਬੈਠੀਆਂ, ਚਾਰ ਚਾਰ ਪੰਜ ਪੰਜ ਫੁੱਟ ਗੋਹੇ ਦੀ ਭਰਤੀ ਚੜ੍ਹੀ ਆ। ਇਹ ਛਿਆਂ ਮਹੀਨਾ 'ਚ ਇੱਕੋ ਵਾਰੀ ਚੁੱਕਣਾ ਵਾ, ਛਿਆਂ ਮਹੀਨਾ 'ਚ ਇੱਕੋ ਵਾਰੀ ਚੁੱਕਣਾ ਵਾ, ਅਤੇ ਬਸ ਜਿੰਨਾ 'ਚ ਬੱਚੇ ਆ ਛੋਟੇ, ਜਿੱਦਾਂ ਇੰਨਾ ਜੋ ਛੋਟੇ ਬੱਚੇ ਆ ਇਹ ਸਾਫ ਕਰ ਦੇਈਦੇ ਆ ਰੋਜ਼ ਮਾੜੇ ਮੋਟੇ ਜੇ, ਜਿੰਨਾ 'ਚ ਬੱਚੇ ਆ, ਬਾਕੀ ਜਿੰਨਾ 'ਚ ਗਾਈਆਂ ਗੁਈਆਂ ਉਹ ਤਾਂ ਇੱਦਾਂ ਫਿਰ ਮੰਦੇ ਹਾਲ ਆ, ਕਿਉਂਕਿ ਇੱਥੇ ਦੁੱਧ ਦੀ ਚਵਾਈ ਵਾਲਾ ਕੰਮ ਨਹੀਂ ਨਾ ਹੈਗਾ, ਇਹ ਸਾਰੀਆਂ ਮੀਟ ਵਾਲੀਆਂ ਗਾਈਆਂ, ਵੀ ਜਿੱਦਾਂ ਛੋਟੇ ਬੱਚੇ ਆ ਉਹ ਵੱਡੇ ਕਰਨੇ ਆ, ਅਤੇ ਬਸ ਮੁੜ ਕੇ ਵਾਢੇ 'ਤੇ ਜਾਣੀਆਂ, ਕੋਈ ਦੁੱਧ ਦੀ ਚਵਾਈ ਚਵਾਈ ਨਹੀਂ ਨਾ ਇਹਨਾਂ ਨੂੰ ਚਾਹੁੰਦੇ ਹੀ ਆ, ਦੁੱਧ ਵੀ ਮੇਰੇ ਹਿਸਾਬ ਨਾਲ ਕੋਈ 10-12 ਕਿਲੋ ਤੋਂ ਵੱਧ ਨਹੀਂ ਕੋਈ ਦਿੰਦੀ ਹੋਣੀ। ਇੱਧਰ ਤੁਹਾਨੂੰ ਮੈਂ ਵਿਖਾਉਣਾ ਬਾਕੀ ਗੋਹੇ ਵਾਲੀ ਮਸ਼ੀਨ ਜਿਹੜੀ ਚੱਲਦੀ ਆ, ਆਹ ਗੋਹੇ ਵਾਲੀ ਮਸ਼ੀਨ ਆ, ਅੰਦਰੋਂ ਸਾਰਾ ਗੋਹਾ ਬੈਲਟ ਆਈਆਂ ਬਾਹਰ ਕੱਢ ਦਿੰਦੀਆਂ ਵਾ, ਬਾਹਰ ਕੱਢ ਕੇ ਮੁੜ ਕੇ ਜਿਹੜਾ ਆ ਬਾਹਰ ਕੱਢ ਕੇ, ਅਤੇ ਆਹ ਤਾਂ ਨੂੰ ਚੜ੍ਹਾਈ ਜੀ ਜਿਹੜੀ ਬਣੀ ਆ ਅਤੇ ਤਾਂ ਇੱਦਾਂ ਸੁੱਟੀ ਜਾਂਦੀ ਆ, ਇੱਧਰ ਢੇਰ ਲੱਗੇ ਇੱਧਰ, ਆਹ ਬਾਕੀ ਬਰਫ ਹੀ ਆ ਸਾਰੇ ਪਾਸੇ, ਬਰਫ ਬੁਰਫ ਵਾਹਵਾ ਪੈਂਦੀ ਆ ਇੱਥੇ, ਆਹੜੀ ਤਾਂ ਲੱਗੀ ਉੱਤੇ ਮਸ਼ੀਨ ਜੀ, ਉਹ ਜਿੱਦਾਂ ਗੋਹਾ ਥੱਲੇ ਸੁੱਟੀ ਜਾਂਦੀ ਬਾਹਰੋਂ ਕੱਢ ਕੇ, ਅਤੇ ਉੱਧਰੋਂ ਅੰਦਰੋਂ ਗੋਹਾ ਇੱਦਾਂ ਇੱਕ ਬੰਨੇ ਦੀ ਤਾਂ ਜਾਈ ਜਾਂਦਾ ਵਾ, ਇੱਕ ਬੈਲਟ ਦੀ ਦੂਜੀ ਫੇਰ ਬੈਲਟ ਵਾਪਸ ਆਈ ਜਾਂਦੀ ਆ, ਬਾਕੀ ਤੇ ਬਰਫ ਹੀ ਬਰਫ ਆ ਕੰਮ। ਬਾਕੀ ਹੁਣ ਮੁੜ ਕੇ ਪੱਠੇ ਜੇ ਪਾ ਕੇ ਕਰੇਨ ਦੇ ਨਾਲ ਮੁੜ ਕੇ ਸੁੱਕ ਜਿਹੀ ਪਾਉਣੀ ਹੁੰਦੀ ਆ, ਉਹ ਵੀ ਤੁਹਾਨੂੰ ਵਿਖਾਊਂਗਾ ਉਹ ਕਿਹੜੀ ਮਸ਼ੀਨ ਆ। ਆ ਫੇਰ ਆ ਗਏ ਬਾਕੀ ਸਾਟਿਆ ਸਾਰਾ, ਬਸ ਡੰਗਰਾਂ ਦੀ ਸਾਫ਼ ਸਫਾਈ ਵਾਲਾ ਕੰਮ ਘੱਟ ਆ,
ਉਹ ਆਪਾਂ ਵੀ ਨਹੀਂ ਬਹੁਤਾ ਆਖੀਦਾ ਕਿਤੇ ਸਾਨੂੰ ਨਾ ਡਾਹ ਦੇਣ ਤੁਹਾਨੂੰ ਜ਼ਿਆਦਾ ਸਫਾਈ ਦੀ ਲੋੜ ਆ ਤਾਂ ਤੁਸੀਂ ਕਰੋ ਇਹ ਛਿਆ ਮਹੀਨਾ ਬਾਅਦ ਇਕੱਠਾ ਹੀ ਕਰੇਨ ਨਾਲ ਚੁੱਕਦੇ ਆ ਇੱਦਾਂ ਹੀ ਬਾਹਰ ਇੰਨਾ ਇੰਨਾ ਚੜਿਆ ਉਵੇਂ ਚਲੋ ਆ ਡਿਆ ਹੁਣ ਮੁੰਡਾ ਪਾਉਣ ਪੱਠੇ ਕਰੇਨ ਦੇ ਨਾਲ ਆ ਬਸ ਜਿਹੜਾ ਗੋਲ ਜਿਹਾ ਪਰਾਲੀ ਦਾ ਬੰਡਲ ਜਿਹਾ ਇਹਨੂੰ ਰੇੜ ਕੇ ਗਾਂਹ ਕਰ ਦੇਣਾ ਵਾ ਅਤੇ ਮੁੜ ਕੇ ਖੋਲ੍ਹ ਕੇ ਅਤੇ ਅੱਧਾ ਕੁ ਇੱਕ ਸਾਈਡ ਪਾ ਦੇਣੇ ਅੱਧੇ ਕੁ ਦੂਜੀ ਸਾਈਡ ਪਾ ਦੇਣੇ ਤਾਂ ਬਸ ਠੀਕ ਹੈ ਇੰਨਾ ਕੰਮ ਅਤੇ ਇੱਕ ਮਸ਼ੀਨ ਜੀ ਆ ਵਾ ਜਿਹੜੀ ਜ਼ਿਆਦਾ ਵਰਤੀ ਦੀ ਆ ਜਿਹੜੀਆਂ ਤੁਹਾਨੂੰ ਅੱਗੇ ਪੱਠਿਆਂ ਵਾਲੀਆਂ ਗੱਠਾਂ ਜਿਹੀਆਂ ਵਿਖਾਈਆਂ ਵਾ ਉਹ ਇਹਦੇ ਨਾਲ ਹੀ ਚੁੱਕ ਕੇ ਨਾ ਅਤੇ ਗੋਦਾਮ ਜਿਹਾ ਉੱਧਰ ਪਰਲੀ ਸਾਈਡ ਬਣਿਆ ਗੋਦਾਮ ਜਿਹਾ ਪੱਠਿਆਂ ਵਾਲਾ ਜਿਹ 'ਚ ਰੱਖੀਆਂ ਗੱਠਾਂ ਜੀਆਂ ਉੱਥੋਂ ਚੁੱਕ ਕੇ ਤਾਂ ਇੱਥੇ ਲੈ ਆਈ ਦੀਆਂ ਵਾ ਆਹ ਹੁਣ ਇਹਦੇ ਗਾੜੀ ਬਰਫ਼ ਪਰਾਂ ਕਰਨ ਵਾਲਾ ਲਾਇਆ ਵਾ ਅਤੇ ਇਹਨੂੰ ਬਾਅਦ ਜਿੱਦਾਂ ਆਪਾਂ ਹੱਲਾ ਹੁੱਲਾ ਸੁਹਾਗਾ ਸੁਹਾਗਾ ਬਦਲਦੇ ਹਾਂ ਇੱਦਾਂ ਇਹਦਾ ਗੁੱਲਾ ਜਿਹਾ ਕੱਢ ਕੇ ਅਤੇ ਦੂਜਾ ਪਾ ਦੇਈਦਾ ਵਾ ਪੱਠੇ ਚੁੱਕਣ ਵਾਲਾ ਅਤੇ ਬਾਕੀ ਬਸ ਆਹ ਚੀਜ਼ਾਂ ਤਾਂ ਅੱਗੇ ਵਿਖਾਈਆਂ ਹੀ ਆ ਆਹ ਵੰਡ ਵੁੰਡ ਵਾਲਾ ਵਾ ਜਗਾੜ ਜਿਹਾ ਵਿੱਚ ਆਟਾ ਜਿਹਾ ਇਹਦੇ ਅਤੇ ਬਸ ਆਹ ਪੈਟਰੋਲ ਵਾਲਾ ਵਾ ਸਿਸਟਮ ਜਿਹਾ ਡੀਜ਼ਲ ਵਾਲਾ ਸੱਚ ਬਸ ਇੰਨਾ ਕੁ ਫਾਰਮ ਆ ਉਹ ਪਰਾਂ ਹੈਗਾ ਵਾ ਉੱਧਰ ਵੀ ਥੋੜ੍ਹੀਆਂ ਜਿਹੀਆਂ ਗਾਈਆਂ ਗੁਈਆਂ ਜਿਹੀਆਂ ਗਾਈਆਂ ਦੇ ਬੱਚੇ ਜਿਹੇ ਆ ਮੀਟ ਮਾਟ ਵਾਲੇ ਅਤੇ ਬਾਕੀ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਉਦੋਂ ਤਾਂ ਮਤਲਬ ਹਜੇ ਪਤਾ ਨਹੀਂ ਵੀ ਪੇਪਰ ਖੋਲ੍ਹਣੇ ਆ ਜਾਂ ਨਹੀਂ ਵੀ ਕਿਹੜੀ ਤਰੀਕ ਆਈ ਆ ਅਤੇ ਬਾਅਦ 'ਚ ਹੁਣ ਜਿੱਦਾਂ ਵੀਡੀਓ ਬਣਾਉਂਦਾ ਮੁੰਡੇ ਦਾ ਫੋਨ ਆਇਆ ਸੀ ਯਾਰ ਦੋਸਤ ਦਾ ਉਹਨੇ ਦੱਸਿਆ ਵੀ 27 ਮਾਰਚ 2023 ਨੂੰ ਸਵੇਰੇ 9 ਵਜੇ ਪੇਪਰ ਭਰਨੇ ਸ਼ੁਰੂ ਹੋ ਜਾਣੇ ਆ ਵੀ ਪੇਪਰ ਖੁੱਲ੍ਹ ਗਏ ਆ ਤਰੀਕ ਆ ਗਈ ਆ ਅਤੇ ਬਾਕੀ ਚਲੋ ਹੁਣ ਤੁਹਾਨੂੰ ਵਿਖਾਉਂਦਾ ਜਿਹੜਾ ਉਹ ਸੁੱਕ ਜਿਹੀ ਪਾਉਂਦੀ ਆ ਡੰਗਰਾਂ ਥੱਲੇ ਮਸ਼ੀਨ ਉਹ ਵਿਖਾ ਦਿੰਦੇ ਕਿੱਦਾਂ ਕੰਮ ਐਡਾ ਕੋਈ ਔਖਾ ਨਹੀਂ ਆ ਵੀ ਸਹੀ ਆ ਕੰਮ ਮਸ਼ੀਨੀ ਕੰਮ ਜ਼ਿਆਦਾ ਵਾ ਆਪਦੇ ਮਾੜਾ ਮੋਟਾ ਜਿਹਾ ਅਸੀਂ ਉਹ ਬੋਕਸ ਜਿਹੇ ਸਾਫ਼ ਕਰ ਦਿੰਦੇ ਛੋਟੇ ਬੱਚਿਆਂ ਵਾਲੇ ਬਸ ਮਾੜੇ ਮੋਟੇ ਜਿਹੇ ਮੁੜ ਕੇ ਉਵੇਂ ਕਦੀ ਇਹਨੂੰ ਤੁਰੇ ਫਿਰੇ ਅਤੇ ਕਦੀ ਉਹਨੂੰ ਇੱਦਾਂ ਟਾਈਮ ਪਾਸ ਜਿਹਾ ਕਰਕੇ ਨੰਘ ਚਲ ਚੁਲ ਜਾਈਦਾ ਵਾ ਬਾਕੀ ਹੋਰ ਇੱਥੇ ਬਰਫ਼ 'ਚ ਹੋਣਾ ਵੀ ਕੀ ਆ ਅਤੇ ਬਸ ਇੰਨਾ ਕੁ ਇਹੋ ਕੰਮ ਹੁੰਦਾ ਕਦੀ ਆ ਕਿਤੇ ਕੰਮ ਪੈ ਜਾਵੇ ਕਿਤੇ ਬਰਫ਼ ਬੁਰਫ਼ ਕਿਤੇ ਪਰਾਂ ਕਰਨੀ ਪਵੇ ਜਿੱਥੇ ਮਸ਼ੀਨ ਨਾਲ ਨਹੀਂ ਹੋਣੀ ਉੱਥੇ ਬੇਲਚਿਆਂ ਬੂਲਚਿਆਂ ਨਾਲ ਪਰਾਂ ਕਰਨੀ ਪਵੇ ਫਿਰ ਆ ਮੱਤ ਮਾੜੀ ਮੋਟੀ ਵੱਜਦੀ ਬਾਕੀ ਤਾਂ ਸੈੱਟ ਹੀ ਆ ਆਹ ਹੈਗਾ ਸਾਰਾ ਇੱਧਰ ਜੰਗਲ ਜਿਹਾ ਹੀ ਆ ਵਿੱਚ ਸੜਕਾਂ ਸੁੜਕਾਂ ਹੀ ਬਣਾਈਆਂ ਇਹਨਾਂ ਨੇ ਹੁਣ ਆਪਾਂ ਤੁਹਾਨੂੰ ਦੂਜਾ ਫਾਰਮ ਵਿਖਾਉਂਦੇ ਹਾਂ ਜਿੱਥੇ ਹੋ ਰਿਹਾ ਉੱਥੇ ਵੱਛੇ ਵੁੱਛੇ ਜਿਹੇ ਰੱਖੇ ਨਿੱਕੇ ਨਿੱਕੇ ਜਿਹੇ ਅਤੇ ਇੱਕ ਤਾਂ ਆਹ ਸੀ ਨਾ ਇੱਕ ਤਾਂ ਆਹ ਫਾਰਮ ਆ ਵੱਡਾ ਅਤੇ ਇੱਕ ਇੱਥੇ ਛੋਟਾ ਵੀ ਹੈਗਾ ਫਾਰਮ ਉਹ ਤੁਹਾਨੂੰ ਮੈਂ ਵਿਖਾਉਣਾ ਅਤੇ ਬਰਫ਼ ਬੁਰਫ਼ ਤਾਂ ਉੱਦਾਂ ਮਤਲਬ 4-5 ਦਿਨ ਹੋ ਗਏ ਆ ਹੁਣ ਨਹੀਂ ਹੈਗੀ ਪੈਣ ਦੀ ਅਤੇ ਹੁਣ ਫਿਰ ਕੰਮ ਸਹੀ ਆ ਅਤੇ ਇੱਥੇ ਸਾਰਾ ਮਤਲਬ ਗੋਹਾ ਗਾ ਵਾ ਉਹ ਮਸ਼ੀਨ ਜੀ ਨਾਲ ਇੱਥੇ ਆ ਜਾਂਦਾ ਵਾ ਮੁੜ ਕੇ ਇੱਥੋਂ ਟਰਾਲੀਆਂ ਟਰੂਲੀਆਂ ਜਦੋਂ ਮਤਲਬ ਗਰਮੀਆਂ ਗੁਰਮੀਆਂ ਹੁੰਦੀਆਂ ਵਾ ਬਰਫ਼ ਬੁਰਫ਼ ਨਹੀਂ ਹੁੰਦੀ ਉਦੋਂ ਇੱਥੋਂ ਟਰਾਲੀਆਂ ਟਰੂਲੀਆਂ ਭਰ ਗਏ ਪਰਾਂ ਪੈਲੀਆਂ ਪੂਲੀਆਂ 'ਚ ਜਾਂ ਜਿੱਥੇ ਵੀ ਕਿਤੇ ਖੜਦੇ ਹੋਣਗੇ ਆਪਾਂ ਨੂੰ ਹਜੇ ਪਤਾ ਨਹੀਂ ਵੀ ਕਿੱਥੇ ਖੜਦੇ ਆ ਅਤੇ ਬਾਕੀ ਇੱਕ ਆਹ ਵਾ ਫਾਰਮ ਛੋਟਾ ਜਿਹਾ ਇਹ 'ਚ ਵੀ ਬੱਚੇ ਬੁੱਛੇ ਰੱਖੇ ਇਹਨਾਂ ਨੇ ਅਤੇ ਇੱਕ ਆਹ ਹੈਗਾ ਗੋਦਾਮ ਜਿਹਾ ਇਹ 'ਚ ਉਹ ਹੀ ਉਹ ਪੱਠੇ ਪੁੱਠੇ ਜਿਹੇ ਜਿਹੜੇ ਪਾਈ ਦੇ ਉਹਨਾਂ ਨੂੰ ਉਹ ਇੱਕ ਵਾਰੀ ਇਕੱਠਾ ਕਰਕੇ ਰੱਖ ਲੈਂਦੇ ਇੱਕ ਇੱਥੇ ਆ ਗੋਦਾਮ ਜਿਹਾ ਅਤੇ ਇੱਕ ਪਰਾਂ ਪਰਦੀ ਸਾਈਡ ਆ ਅਤੇ ਬਾਕੀ ਆਹ ਇੱਥੇ ਹੁਣ ਮਸ਼ੀਨ ਨਾਲ ਨਹੀਂ ਪੈਂਦੇ ਕਰੇਨ ਨਾ ਕਿਉਂਕਿ ਥਾਂ ਥੋੜ੍ਹਾ ਵਾ ਅਤੇ ਨਾਲੇ ਹੈਗੇ ਵੀ ਥੋੜ੍ਹੇ ਆ ਇਹ ਫਿਰ ਇਹੋ ਜਿਹੇ ਹੱਥੀਂ ਹੁੱਥੀਂ ਪਾਉਣੇ ਪੈਂਦੇ ਆ ਜਿੱਦਾਂ ਉਹ ਮਸ਼ੀਨ ਨਾਲ ਬੰਡਲ ਜਿਹਾ ਚੁੱਕ ਕੇ ਇੱਥੇ ਰੱਖ ਲੈਣਾ ਵਾ ਅਤੇ ਮੁੜ ਕੇ ਆਹ ਤੰਗਲੀ ਦੇ ਨਾਲ ਇਹਦੇ ਨਾ ਤੰਗਲੀ ਦੇ ਨਾਲ ਹੜਕੇ 'ਤੇ ਪਾ ਦੇਣੇ ਆ
ਬਾਕੀ ਇੱਥੇ ਆ ਕੁਝ, ਇਹ ਸਾਰਾ ਹੀ ਵਾਢੇ ਵਾਲਾ ਹੀ ਮਾਲ ਆ। ਨਹਾਉਣ ਨਹੁਣ ਦਾ ਵੀ ਕੰਮ ਹੈ ਨਹੀਂ ਇਹਨਾਂ ਦਾ, ਬਸ ਨਹਾਉਣੇ ਉਦੋਂ ਹੀ ਆ ਜਿੰਨਾ ਵੱਢਣੇ ਆ, ਉਹਨਾਂ ਬਸ ਨਵਾ ਧਵਾ ਕੇ ਤੇ ਵੱਢ ਟੁੱਕ ਦੇਣੇ ਆ। ਆਪਾਂ ਤਾਂ ਬਸ ਪੱਠੇ ਪੁੱਠੇ ਪਾਉਣ ਵਾਲੇ ਹੀ ਆ ਇਹਨਾਂ ਨੂੰ, ਨਾ ਕੋਈ ਇਹਨਾਂ ਥੱਲਿਓਂ ਗੋਹਾ ਗਾਵਾ ਇਹਨਾਂ ਥੱਲਿਓਂ ਵੀ ਨਹੀਂ ਚੁੱਕਣਾ, ਇਹ ਵੀ 6 ਮਹੀਨਿਆਂ ਬਾਅਦ ਹੀ। ਇਹ ਹੁਣ ਇਹਨਾਂ ਦਾ ਹਿਸਾਬ ਕਿਤਾਬ ਆ ਕਿਹੜੇ ਹਿਸਾਬ ਨਾਲ ਰੱਖੇ ਇਹਨਾਂ ਨੇ। ਆਪਾਂ ਤਾਂ ਬਸ ਉਹ ਜਿੱਦਾਂ ਮੁੰਡਾ ਡਿਆ ਵਾ, ਬਸ ਜਿੱਦਾਂ ਥੱਲੇ ਪਏ ਪੱਠੇ ਪੁੱਠੇ ਜੇ ਜਾਂ ਆਹ ਰੋਲ ਜਿਹਾ ਵਾ, ਇੱਥੋਂ ਫੜ ਕੇ ਤਾਂ ਖੁਰਦੀਆਂ 'ਚ ਤੰਗਲੀ ਜਿਹਦੇ ਨਾਲ ਪਾ ਦੇਣੇ ਆ, ਅਤੇ ਇੰਨਾ ਕੁ ਕੰਮ ਆ। ਜਿਹੜੇ ਮੇਰੇ ਹਿਸਾਬ ਨਾਲ ਜਿੱਥੇ ਡੇਅਰੀ ਡੂਰੀ ਦਾ ਮਤਲਬ ਦੁੱਧ ਦਾ ਕੰਮ ਆ, ਉਹਨਾਂ ਸਟਾਲਿਆਂ 'ਚ ਭਾਵੇਂ ਕੰਮ ਜ਼ਿਆਦਾ ਹੁੰਦਾ ਹੋਵੇ, ਕਿਉਂਕਿ ਉਹਨਾਂ 'ਚ ਸਫਾਈ ਰੱਖਣੀ ਪੈਂਦੀ ਆ, ਦੁੱਧ ਦੱਧ ਦਾ ਕੰਮ ਹੁੰਦਾ। ਇਹਨਾਂ ਦਾ ਤਾਂ ਹੁਣ ਬਾਨਾ ਮੀਟ ਆ, ਹੈਗੇ ਸਾਰੇ ਬੱਚੇ, ਅਤੇ ਇਹਨਾਂ ਦੀ ਸਫਾਈ ਕੀ ਰੱਖਣੀ। ਬਸ ਤੰਗਲੀ ਜੀ ਨਾਲ ਪਾ ਤੇ ਉਹ ਡੈਬੇ ਖਾਣ ਹੁਣ, ਅਤੇ ਇੱਕ ਆਹ ਥੱਲੇ ਆ ਅਤੇ ਇੱਕ ਇੱਦਾਂ ਹੀ ਆ ਉੱਪਰ ਵਾ, ਆਹ ਉੱਪਰ ਬਾਰੀਆਂ ਜਿਹਾ ਦੇਖਦੀਆਂ ਨਾ, ਇੱਦਾਂ ਹੀ ਉੱਪਰ ਵਾ, ਇੱਦਾਂ ਉੱਪਰ ਆ ਇਹ, ਇੱਕ ਸਟਾਲਾ ਉੱਪਰ ਵਾ, ਅਤੇ ਉੱਚ ਵੀ ਹੈਗੇ ਆ ਡੰਗਰ ਹੀ ਪੱਛੇ ਪੁੱਛੇ ਹੀ, ਉਹ ਵੀ ਵਿਖਾ ਦਿੰਦਾ ਤੁਹਾਨੂੰ। ਇੱਕ ਥੱਲੇ ਬਣਾਇਆ, ਕੁੱਤੇ ਬਣਾਇਆ ਵਾ, ਬਾਰੀਆਂ ਜਿਹੜੀਆਂ ਬਾਹਰ ਦੀ ਸਾਈਡ ਲੱਗੀਆਂ ਆਉਂਦੀ ਉਹ ਮਸ਼ੀਨ ਦੇ ਨਾਲ ਪੱਠੇ ਸੁੱਟ ਦੇਈਦੇ ਆ, ਅਤੇ ਬਸ ਇੱਥੇ ਵੀ ਹੈਗੇ ਆ, ਇੱਥੇ ਵੀ ਇਹੋ ਹਾਲ ਹੀ ਆ, ਸਫਾਈ ਸਫੂਈ ਲਾਉਂਦੇ ਗੋਹਾ ਗਾਵਾ ਇੱਦਾਂ ਹੀ ਆ। ਆਹ ਬਾਰੀਆਂ ਜਿਹੜੀਆਂ ਲੱਕੜ ਦੀਆਂ ਇਹ ਖੋਲ੍ਹ ਕੇ ਅਤੇ ਮਸ਼ੀਨ ਦੇ ਨਾਲ ਹੀ ਲਿਫਟ ਦੇ ਨਾਲ ਪੱਠੇ ਜੇ ਇੱਥੇ ਰੱਖ ਜਾਈਦੇ ਆ, ਇਹ ਨਹੀਂ ਪਾਉਣ ਦੀ ਲੋੜ ਪੈਂਦੀ, ਆਪੇ ਸਾਫ ਹੋ ਲੈਂਦੇ ਆ। ਬਾਕੀ ਮਤਲਬ ਸਾਰਾ ਇਹਨਾਂ ਦਾ ਸਿਸਟਮ ਸਹੀ ਆ, ਬਿਲਡਿੰਗਾਂ ਵੀ ਵਧੀਆ ਬਣਾਇਆ, ਫਾਰਮ ਟੈਕਨੋਲੋਜੀ ਵਾਈਜ ਵੀ ਸਹੀ ਆ, ਬਸ ਸਫਾਈ ਵੱਲੋਂ ਮਾੜਾ ਜਿਹਾ ਕੰਮ ਮਾਰ ਖਾਂਦੇ ਆ, ਬਾਕੀ ਸੈੱਟ ਆ। ਚਲੋ ਨਜ਼ਾਰੇ ਆ ਸਾਡੇ ਵਰਗਿਆਂ ਨੂੰ ਵੀ, ਗੋਹਾ ਗਾਵਾ ਨਹੀਂ ਹੁੰਝਣਾ ਪੈਂਦਾ, ਨਹੀਂ ਤਾਂ ਭੈਣ ਜੋ ਲੱਗੇ ਹੁੰਦੇ ਜਿੱਥੇ ਦੁੱਧ ਵਾਲਾ ਫਾਰਮ ਆ ਉੱਥੇ ਉਹ ਸਫਾਈ ਕਰਾਈ ਜਾਂਦੇ ਹੁੰਦੇ ਆ। ਅਤੇ ਬਾਕੀ ਜਿਹੜੀ ਮੇਨ ਗੱਲ ਆ, ਹੁਣ ਬਹੁਤਿਆਂ ਨੇ ਤਨਖਾਹ ਬਾਰੇ ਪੁੱਛਦੇ ਆ ਵੀ ਤਨਖਾਹਾਂ ਕਿੰਨੀਆਂ ਕੁ ਹੁੰਦੀਆਂ ਇੱਥੇ। ਤਨਖਾਹਾਂ ਡੇਅਰੀ ਫਾਰਮਾਂ 'ਚ ਜਿੰਨੀ ਕੁ ਮੈਨੂੰ ਪਤਾ ਵਾ ਵੀ 1000 ਤੋਂ ਲੈ ਕੇ 1500 1600 1800 2000 ਤੱਕ ਜਿੰਨਾ ਬੰਦੇ ਨੂੰ ਐਕਸਪੀਰੀਅੰਸ ਆਉਂਦਾ ਜਾਵੇ, ਕਿਉਂਕਿ ਹੁਣ ਇਹ ਥੋੜ੍ਹੀ ਆ ਵੀ ਪੱਠੇ ਪਾ ਲਏ ਤਾਂ ਬਸ ਠੀਕ ਆ, ਗਾਂ ਹੁਣ ਦਵਾਈਆਂ ਦਵਾਈਆਂ ਦਾ ਵੀ ਜਿਹਨੂੰ ਪਤਾ ਲੱਗ ਜੇ, ਅਤੇ ਹੋਰ ਕੋਰਸ ਕਾਰਸ ਵੀ ਕਈ ਕਰ ਦਿੰਦੇ ਇੱਥੇ ਆਪਣੇ ਮੁੰਡੇ, ਅਤੇ ਉਹ ਫਿਰ ਉਸ ਹਿਸਾਬ ਨਾਲ ਤਨਖਾਹ ਵੱਧ ਹੀ ਜਾਂਦੀ ਆ। ਅਤੇ ਬਾਕੀ ਕੰਮ ਸਹੀ ਆ ਆਪਣੇ ਹਿਸਾਬ ਨਾਲ, ਤਾਂ ਡੇਅਰੀ ਫਾਰਮ ਦਾ ਕੰਮ ਸੌਖਾ ਕਿਉਂਕਿ ਮੈਂ ਪਹਿਲਾਂ ਰੈਸਟੋਰੈਂਟ ਦਾ ਕੰਮ ਕਰਦਾ ਰਿਹਾ, ਹੁਣ ਆ ਬਰਫ਼ ਦਾ ਕਰਕੇ 1 ਮਹੀਨਾ ਰੈਸਟੋਰੈਂਟ ਬੰਦ ਆ, ਅਤੇ ਉਸੇ ਮਾਲਕ ਦਾ ਡੇਅਰੀ ਫਾਰਮ ਆ, ਅਤੇ ਵਿਹਲੇ ਰਹਿਣ ਨੂੰ ਆਪਾਂ 1 ਮਹੀਨਾ ਡੇਅਰੀ ਫਾਰਮ 'ਤੇ ਲਾਉਣ ਆ ਗਏ ਹਾਂ, ਅਤੇ ਮੈਨੂੰ ਉਹਦੇ ਰੈਸਟੋਰੈਂਟ ਨਾਲ ਉਹ ਡੇਅਰੀ ਫਾਰਮ ਦਾ ਕੰਮ ਸੌਖਾ ਲੱਗਾ, ਇੱਥੇ ਵਿਹਲੇ ਰਹਿਣ ਵਾਲਾ ਕੰਮ ਹੀ ਆ, ਪੱਠੇ ਮਸ਼ੀਨ ਨੇ ਪਾਉਣੇ ਸਾਰੇ ਕੰਮ ਮਸ਼ੀਨ ਨੇ ਕਰਨੇ, ਆਪਾਂ ਤਾਂ ਬਸ ਮਾੜਾ ਮੋਟਾ ਵੇਖਣਾ ਵੂਖਣਾ ਹੀ ਹੁੰਦਾ ਵਾ, ਜਾਂ ਜਿੱਥੇ ਨਹੀਂ ਮਸ਼ੀਨ ਜਾਂਦੀ ਉੱਥੇ ਹੱਥੀਂ ਕੰਮ ਕਰਨਾ ਆ। ਅਤੇ ਬਾਕੀ ਬਸ ਇੰਨੀ ਕੁ ਗੱਲਬਾਤ ਆ, ਇੰਨਾ ਕੁ ਆਪਾਂ ਨੂੰ ਨੌਲੇਜ ਸੀ ਇੱਥੋਂ ਬਾਰੇ, ਇਹ ਤੁਹਾਨੂੰ ਵਿਖਾਤੀ ਆ। ਅਤੇ ਜੇ ਹੋਰ ਕਿਸੇ ਨੂੰ ਕੋਈ ਜਿੱਦਾਂ ਪੇਪਰ ਪੂਪਰ ਖੋਲ੍ਹਣੇ ਆ ਕੋਈ ਜਾਣਕਾਰੀ ਚਾਹੀਦੀ ਹੋਈ, ਜਿੰਨਾ ਕੁ ਆਪਾਂ ਨੂੰ ਪਤਾ ਆਪਾਂ ਦੱਸਾਂਗੇ, ਜਿੰਨਾ ਕੁ ਇਟਲੀ ਬਾਰੇ ਪਤਾ ਵਾ। ਬਾਕੀ ਮੇਨ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਆ ਜਿਹੜੀ, ਉਹ ਹੈਗੀ ਆ ਲੈਂਗੁਏਜ, ਲੈਂਗੁਏਜ ਆ ਤਾਂ ਸਭ ਕੁਝ ਆ। ਜੇ ਤੁਸੀਂ ਮਾਲਕ ਦੀ ਗੱਲ ਸਮਝ ਲੈਂਦੇ ਜੋ ਤਾਂ ਅਗਲਾ ਫਿਰ ਤੁਹਾਨੂੰ ਸਹੀ ਗਿਣਦਾ ਹੈ ਨਾ, ਭਾਵੇਂ ਕੰਮ ਮਾੜਾ ਜਿਹਾ ਤੁਸੀਂ ਘੱਟ ਵੀ ਕਰ ਦਿਓ ਚੱਲ ਜਾਂਦਾ ਵਾ, ਜੇ ਤੁਹਾਨੂੰ ਲੈਂਗੁਏਜ ਹੀ ਨਾ ਆਈ ਅਗਲਾ ਕੰਮ ਦੱਸ ਗਿਆ ਤੁਸੀਂ ਉਵੇਂ ਖਲੋਤੇ ਰਹੇ ਵੀ ਦੋਹਰੇ ਆਉਂਦਾ ਫਿਰ ਪੁੱਛਦੇ ਆ, ਫਿਰ ਕੰਮ ਔਖਾ ਹੋ ਜਾਂਦਾ। ਲੈਂਗੁਏਜ ਸਾਰਾ ਕੁਛ ਆ ਇੱਥੇ,
ਕਿਉਂਕਿ ਜਿੰਨਾ ਚਿਰ ਤੱਕ ਆਪਾਂ ਗੱਲ ਕਰਨੀ ਨਹੀਂ ਜਾਣਦੇ ਫਿਰ ਕੰਮ ਕੀਤੇ ਦਾ ਵੀ ਕੋਈ ਫਾਇਦਾ ਨਹੀਂ। ਇਸ ਕਰਕੇ ਜਿੰਨੇ ਵੀ ਪੇਪਰ ਭਰਨੇ ਆ ਐਪਾਂ ਉੱਪਾਂ ਦੋ ਤਿੰਨ ਆਉਂਦੀਆਂ ਵਾ, ਪਲੇ ਸਟੋਰ 'ਤੇ ਹੋ ਗਿਆ ਜਾਂ ਯੂਟਿਊਬ 'ਤੇ ਵੀ ਭਾਸ਼ਾ ਸਿਖਾਉਂਦੇ ਆ। ਪਲੇ ਸਟੋਰ 'ਤੇ ਇੱਕ ਡੋਲਿੰਗੋ ਕਰਕੇ ਐਪ ਆ, ਉਹਤੇ ਤੁਸੀਂ ਸਿੱਖ ਸਕਦੇ ਜੋ। ਇੱਕ ਐਪ ਹੋਰ ਆਉਂਦੀ ਉਹਦਾ ਮੈਂ ਨਾਂ ਲਿਖ ਦੂੰਗਾ, ਉਹ 'ਚ ਤਾਂ ਮਤਲਬ ਤੁਸੀਂ ਇੱਦਾਂ ਵਾ ਵੀ ਤੁਸੀਂ ਕਿਸੇ ਨੂੰ ਹਿੰਦੀ ਜਾਂ ਪੰਜਾਬੀ ਸਿਖਾ ਦਿਉ ਜਾਂ ਇੰਗਲਿਸ਼ ਸਿਖਾ ਦਿਉ, ਉਹ ਤੁਹਾਨੂੰ ਉਹਦੇ ਵੰਡੇ ਇਟਾਲੀਅਨ ਸਿਖਾ ਦਿੰਦਾ। ਅਤੇ ਉਹ 'ਚ ਤਾਂ ਕੁੜੀਆਂ ਕਾੜੀਆਂ ਵੀ ਸਗੋਂ ਸੌਖਣਾ ਵਾਹਵਾ ਲੱਭ ਲੁਭ ਜਾਂਦੀਆਂ ਹੁੰਦੀਆਂ ਇੱਧਰ ਦੀਆਂ ਇਟਾਲੀਅਨ, ਉਹ ਸਿਖਾ ਦਿੰਦੀਆਂ ਵਾ ਫਿਰ ਵੀ ਕਿੱਦਾਂ ਵਾ। ਬਾਕੀ ਆਹ ਫਾਰਮ ਸੀ, ਆਹ ਮਸ਼ੀਨਾਂ ਮਸ਼ੀਨਾਂ ਉਹ ਜੀਪ ਜੀ ਸਾਨੂੰ ਦਿੱਤੀ ਆ ਆਉਣ ਜਾਣ ਨੂੰ, ਅਤੇ ਬਾਕੀ ਠੀਕ ਸੈੱਟ ਆ। ਅਤੇ ਹੁਣ ਆਹ ਹੁਣ ਪਾਉਣ ਡਿਆ ਸੁੱਕ ਸੁੱਕ ਡੰਗਰਾਂ ਥੱਲੇ ਪਰਾਲੀ ਜੀ ਮਸ਼ੀਨ ਦੇ ਨਾਲ, ਇਹ ਵੀ ਤੁਹਾਨੂੰ ਵਿਖਾ ਦਿੰਦੇ ਹਾਂ। ਉਹ ਇੱਦਾਂ ਬਸ ਲੈ ਕੇ ਲੰਘ ਜਾਣਾ ਵਾ, ਇਹਨੇ ਇੱਦਾਂ ਪੱਖੇ ਜਿਹੇ ਨੇ ਪਰਾਲੀ ਸੁੱਟ ਦੇਣੀ ਡੰਗਰਾਂ ਥੱਲੇ, ਬਸ ਇੰਨਾ ਕੰਮ ਆ। ਅਤੇ ਬਸ ਮੁੜ ਕੇ ਛੁੱਟੀ ਆ, ਇਹ 'ਚ ਵੀ ਜਿਹੜਾ ਵਾ ਇਹੋ ਹੀ ਹੁੰਦੇ ਆਪਣਾ, ਇਹੋ ਬੰਡਲ ਲਿਆਉਂਦਾ ਇਹਦੇ ਵਿੱਚ ਵੀ ਮਸ਼ੀਨ ਦੇ ਪਰਾਲੀ ਜੀ ਵਾਲਾ, ਇਹੋ ਹੀ ਖਾਣ ਵਾਸਤੇ ਹੁੰਦਾ ਵਾ ਅਤੇ ਇਹੋ ਹੀ ਡੰਗਰਾਂ ਦੇ ਸੁੱਕ ਵਾਸਤੇ ਹੁੰਦਾ ਵਾ। ਬਾਕੀ ਆ ਅੰਦਰੋਂ ਡੇਅਰੀ ਫਾਰਮ ਇੱਦਾਂ ਦਾ ਵਾ, ਡੇਅਰੀ ਫਾਰਮ ਉੱਦਾਂ ਸੌਖਣਾ ਵਾ ਵੱਡਾ ਵਾ, 300 ਦੇ ਕਰੀਬ ਮੇਰੇ ਹਿਸਾਬ ਨਾਲ ਹੋਣਾ ਜਾਨਵਰ ਇੱਥੇ। ਬਾਕੀ ਜਿਹੜਾ ਕੋਈ ਨਵਾਂ ਜੰਮਦਾ ਜੁੰਮਦਾ ਵਾ ਉਹਨੂੰ ਵਿੱਚ ਰੱਖ ਦਿੰਦੇ ਸਟੈਂਡ ਜਿਹੇ 'ਚ ਨਿੱਕੇ 'ਚ, ਠੰਡ ਠੁੰਡ ਆ ਨਾ ਹੁਣ, ਆ ਉੱਤੇ ਬਲਬ ਜਿਹਾ ਲਾਇਆ ਲਾਲ ਜਿਹੇ ਰੰਗ ਦਾ, ਇਹ ਗਰਮ ਰੱਖਦਾ ਵਾ। ਬਾਕੀ ਬਸ ਡੇਅਰੀ ਫਾਰਮ ਵਾਲਾ ਕੰਮ ਤਾਂ ਬਹੁਤਾ ਵਧੀਆ ਵਾ, ਉਹ 'ਚ ਤਾਂ ਇੰਨੀ ਮਤ ਨਹੀਂ ਵੱਜਦੀ, ਪਰ ਜਦੋਂ ਇੱਦਾਂ ਦਾ ਕੰਮ ਮਿਲ ਜਾਂਦਾ ਨਾ ਬਰਫ਼ ਸੁੱਟਣ ਵਾਲਾ ਪਤਾ ਤਾਂ ਉਦੋਂ ਲੱਗਦਾ। ਆ ਢੇਰ ਹੁਣ ਇੱਥੇ ਨਾ ਮਸ਼ੀਨ ਹੀ ਜਾ ਸਕਦੀ ਆ, ਇੱਥੇ ਤਾਂ ਬਸ ਇਹੋ ਰੇਹੜੀਆਂ ਵਾ ਅਤੇ ਆਹ ਵੇਲਚੇ ਜੇ ਆ, ਆਹ ਮਾਲਕਾਂ ਦਾ ਰੈਸਟੋਰੈਂਟ ਆ ਅਤੇ ਇਹ ਹੁਣ ਐਤਵਾਰ ਨੂੰ ਚਾਲੂ ਕਰਨਾ ਇਹਨਾਂ ਨੇ, ਤਾਂ ਕਰਕੇ ਹੁਣ ਫਿਰ ਆ ਸਾਰੀ ਬਰਫ਼ ਬੁਰਫ਼ ਜੀ ਚੁੱਕਣੀ ਪੈਣੀ ਆ। ਇੱਧਰ ਹੀ ਜਿਹੜੀ ਜਿੰਨੀ ਵੀ ਉਹ ਤਾਂ ਮਸ਼ੀਨ ਨੇ ਚੱਕਤੀ ਆ, ਆਹ ਹੁਣ ਸਾਨੂੰ ਚੁੱਕਣੀ ਪੈਣ ਡੀ ਆ।